जीरा के मखू में नजायज संबंध के चलते एक औरत ने अपने दो आशिकों के साथ मिलकर अपने पति का कत्ल करने का मामला सामने आया है। जानकारी देते हुए थाना मखू प्रभारी जितेंद्र सिंह ने बताया है कि एक कोमलप्रीत नामक लड़की ने थाना मखू में शिकायत दर्ज करवाई थी कि उसका पिता घर से गायब है और उसे शक है कि उसकी माँ ने ही उसके पिता का कत्ल किया है, क्योंकि उसकी माँ के कुछ लोगों के साथ नजायज संबंध थे। ਸਾਡੇ ਘਰ ਕਾਫੀ ਦਿਨਾਂ ਤੋਂ ਦੋ ਚਾਰ ਬੰਦੇ ਆਉਂਦੇ ਪਏ ਸੀਗੇ ਤੇ ਉਹਨਾਂ ਕਰਕੇ ਘਰੇ ਬਹੁਤ ਸਾਰੀ ਲੜਾਈ ਚੱਲਦੀ ਪਈ ਸੀ, ਝਗੜਾ ਕਰਦਾ ਸੀ। ਮੰਮੀ ਨੇ ਮੇਰੇ ਸਾਹਮਣੇ ਉਹਨਾਂ ਬੰਦਿਆਂ ਨਾਲ ਗੱਲ ਕੀਤੀ ਸੀਗੀ ਮੇਰੇ ਘਰਦੇ ਨੂੰ ਮਾਰ ਦਿਓ। 28 ਦੀ ਰਾਤ ਨੂੰ ਜਦੋਂ ਅਸੀਂ ਸਾਰੇ ਬੁਰੀ ਨੀਂਦ ਵਿੱਚ ਸੌਂ ਗਏ, ਮੰਮੀ ਨੇ ਕੁਛ ਖਾਣੇ ਵਿੱਚ ਬਣਾਇਆ ਸੀ ਜਿਹਦੇ ਕਰਕੇ ਸਾਨੂੰ ਬਹੁਤ ਗਹਿਰੀ ਨੀਂਦ ਆ ਗਈ ਸੀਗੀ। ਅਤੇ ਜਦੋਂ ਅਤੇ ਰਾਤ ਨੂੰ ਜਦੋਂ ਅਸੀਂ ਸਾਰੇ ਸੌਂ ਗਏ ਅਤੇ ਸੁਬਹਾ ਜਦੋਂ ਮੈਂ ਉੱਠੀ ਹਾਂ ਤਾਂ ਮੈਂ ਦੇਖਿਆ ਘਰੇ ਵਿਹੜਾ ਸਾਰਾ ਖੂਨ ਨਾਲ ਲਿਬੜਿਆ ਹੋਇਆ ਸੀਗਾ। ਅਤੇ ਮੰਮੀ ਨੇ ਡੈਡੀ ਦੇ ਖੂਨ ਵਾਲੇ ਕੱਪੜੇ ਸਾੜਨ ਦਾ ਹੀ ਸੀ ਅਤੇ ਡੈਡੀ ਦੇ ਬਿਸਤਰਾ ਸਾਰਾ ਧੋ ਦਿੱਤਾ ਸੀਗਾ। ਬਾਅਦ 'ਚ ਦੇਖਿਆ ਕਿ ਟੱਪਲਾਂ 'ਚ ਵੀ ਖੂਨ ਲੱਗਾ ਹੋਇਆ ਸੀਗਾ। ਇਹ ਸਾਰਾ ਦੇਖਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੰਮੀ ਨੇ ਉਹ ਬੰਦਿਆਂ ਨਾਲ ਰਲ ਕੇ ਮੇਰੇ ਪਾਪਾ ਨੂੰ ਮਾਰ ਦਿੱਤਾ ਹੈ। ਜਦੋਂ ਮੈਂ ਮੰਮੀ ਨੂੰ ਪੁੱਛਿਆ ਤਾਂ ਮੰਮੀ ਕਹਿੰਦੀ ਤੁਹਾਡਾ ਡੈਡੀ ਹਿਮਾਚਲ ਚਲੇ ਗਿਆ। ਮੈਂ ਕਿਹਾ ਮੇਰਾ ਦਿਲ ਨਹੀਂ ਲੱਗਦਾ ਮੰਮੀ ਨਾਲ ਗੱਲ ਕਰਾਓ। ਮੰਮੀ ਨੇ ਮੈਨੂੰ ਕਿਹਾ ਕਿ ਉਹਨਾਂ ਦਾ ਫੋਨ ਬੰਦ ਹੈ, ਚਾਰਜਰ ਘਰੇ ਭੁੱਲ ਗਿਆ, 20-25 ਦਿਨਾਂ ਬਾਅਦ ਆਓਗੇ ਤਾਂ ਗੱਲ ਖੋਲ ਕੇ ਦੇਣੀ ਉਹਨਾਂ ਨਾਲ। ਅਤੇ ਪਾਪਾ ਨੂੰ ਬਾਅਦ 'ਚ ਮੈਂ ਫੋਨ ਲਾਇਆ ਤਾਂ ਪਾਪਾ ਦਾ ਫੋਨ ਨਹੀਂ ਲੱਗਾ, ਮੇਰੀ ਉਹਨਾਂ ਨਾਲ ਕੋਈ ਵੀ ਗੱਲ ਨਹੀਂ ਹੋਈ ਸੀ। ਬਾਅਦ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਮੰਮੀ ਨੇ ਪਾਪਾ ਨੂੰ ਮਾਰ ਦਿੱਤਾ ਹੈ ਤਾਂ ਮੈਂ ਥਾਣੇ ਗਈ ਸੀ। ਥਾਣੇ ਜਾ ਕੇ ਗੱਲ ਕੀਤੀ ਸੀ ਉਹਨਾਂ ਨਾਲ, ਉਹਨਾਂ ਨੇ ਮੰਮੀ ਨੂੰ ਫੜਿਆ ਅਤੇ ਥੋੜ੍ਹੇ ਟਾਈਮ ਬਾਅਦ ਛੱਡ ਦਿੱਤਾ ਸੀਗਾ। ਅਤੇ ਜਦੋਂ ਉਹਨਾਂ ਨੇ ਛੱਡ ਦਿੱਤਾ ਸੀ ਮੰਮੀ ਨੂੰ, ਤਾਂ ਮੰਮੀ ਕੋਈ FIR ਦਰਜ ਨਹੀਂ ਹੋਈ ਸੀਗੀ, ਉਹਨਾਂ ਨੇ ਮੰਮੀ ਨੂੰ ਛੱਡ ਦਿੱਤਾ ਸੀਗਾ। ਜਦੋਂ ਮੈਂ ਬਾਅਦ ਵਿੱਚ ਹੁਣ ਮੈਂ ਚੁੱਪ ਛੁਪਾ ਕੇ ਰਹਿ ਰਹੀ ਹਾਂ, ਕਿਉਂਕਿ ਜਦੋਂ ਮੈਂ ਘਰ ਗਈ ਸੀ FIR ਲਿਖਾ ਕੇ ਤਾਂ ਮੰਮੀ ਨੇ ਮੈਨੂੰ ਬਾਅਦ 'ਚ ਬਹੁਤ ਕੁੱਟਿਆ ਸੀਗਾ। ਮੰਮੀ ਦਾ ਹੱਥ ਵਜਾ ਕੇ ਮੈਂ ਘਰੋਂ ਭੱਜ ਗਈ ਸੀਗੀ ਅਤੇ ਹੁਣ ਮੈਂ ਲੁਕੀ ਹੋਈ ਹਾਂ। ਜਦੋਂ ਹੁਣ ਮੈਂ FIR ਦਿੱਤੀ ਸੀ ਥਾਣੇ ਤਾਂ ਹਾਲੇ ਤੱਕ FIR ਦਰਜ ਵੀ ਨਹੀਂ ਹੋਈ ਵੀ ਕੋਈ ਇੱਥੋਂ ਤੱਕ ਲੱਗਦਾ ਹੈ ਕਿ ਥਾਣੇ ਵਾਲਿਆਂ ਨੂੰ ਵੀ ਹੁਣ ਬਹੁਤ ਸਾਰਾ ਪੈਸਾ ਚੜ੍ਹਾ ਦਿੱਤਾ, ਜਿਸ ਕਰਕੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ ਗੇ। ਮੈਂ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ, ਮੇਰੇ ਪਾਪਾ ਦਾ ਪਤਾ ਕੀਤਾ ਜਾਵੇ ਕੀ ਹੋਇਆ ਉਹਨਾਂ ਨਾਲ ਕੀ ਨਹੀਂ, ਅਤੇ ਇਸ ਨੂੰ ਸਜ਼ਾ ਦਿੱਤੀ ਜਾਵੇ। पुलिस ने लड़की की शिकायत पर काम करते हुए जब लड़की की मां से सख्ती से पूछताछ की, उसने कबूल किया कि उसने ही अपने दो आशिकों के साथ मिलकर अपने पति का गला घोटकर कत्ल किया है, क्योंकि वह उनके नजायज संबंधों के बीच में आ रहा था और कत्ल करने के बाद लाश को नहर में फेंक दिया गया था। पुलिस ने औरत सहित 3 लोगों को गिरफ्तार कर आगे की कार्रवाई शुरू कर दी है और मृतक की लाश की तलाश की जा रही है। ਇਹਨੀ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਮੇਰਾ ਪਿਤਾ 29 ਤਰੀਕ ਤੋਂ ਲਾਪਤਾ ਵੀ ਘਰੇ ਨਹੀਂ ਆਇਆ ਅਤੇ ਉਸਨੂੰ ਆਪਣੀ ਮਾਂ ਜਿਹੜੀ ਸੀਗੀ ਬਲਜੀਤ ਕੌਰ ਉਸਦੇ ਉੱਪਰ ਡੋਟ ਸੀਗੀ ਕਿ ਉਹਨੇ ਹੋਰਾਂ ਜਿੰਨਾ ਬੰਦੇ ਨਾਲ ਉਹਦੇ ਨਜਾਇਜ਼ ਸੰਬੰਧ ਸੀ ਉਹਨਾਂ ਦੇ ਨਾਲ ਰੱਖ ਕੇ ਉਹਦੇ ਪਿਤਾ ਨੂੰ ਅੱਗੇ ਪਿੱਛੇ ਕਰਤਾ ਜਾਂ ਕਤਲ ਕਰ ਦਿੱਤਾ। ਫਿਰ ਉਹਦੀ ਉਸ ਦਰਖਾਸਤ 'ਤੇ ਉਹਦੇ ਪਿਆਰ 'ਤੇ ਫਿਰ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਕੇ ਸਾਰੀ ਗੱਲਬਾਤ ਕਰਕੇ ਮੁਕੱਦਮਾ ਦਰਜ ਕਰਕੇ ਅਤੇ ਪੜਤਾਲ ਕੀਤੀ ਆ। ਤਾਂ ਇਸ ਵਿੱਚ ਉਹ ਜਿੰਨਾ ਬੰਦਿਆਂ ਦੇ ਖਿਲਾਫ ਜਿਹੜਾ ਐਲੀਗੇਸ਼ਨ ਸੀ ਉਹ ਸਹੀ ਸਾਬਤ ਹੋਇਆ, ਮਤਲਬ ਬਲਜੀਤ ਕੌਰ ਜਿਹੜੀ ਲੜਕੀ ਦੀ ਮਾਂ ਸੀ ਉਹਦੇ ਰਜਿੰਦਰ ਸਿੰਘ ਨਾਂ ਦੇ ਆਦਮੀ ਨਾਲ ਨਜਾਇਜ਼ ਸੰਬੰਧ ਸੀ, ਇਸੇ ਗੱਲ ਤੋਂ ਹੀ ਉਹ ਰੋਕਦਾ ਸੀਗਾ ਘਰ ਵਾਲਾ ਜਿਹੜਾ ਸੀ ਇਸ ਸਰਪੰਚ ਸਿੰਘ। ਇਸ ਕਰਕੇ ਉਹ ਬਲਜੀਤ ਕੌਰ ਨੇ ਆਪਣੇ ਜਿਹੜਾ ਉਹਦਾ ਸੀਗਾ ਪ੍ਰੇਮੀ ਰਜਿੰਦਰ ਸਿੰਘ ਔਰ ਉਹਦਾ ਦੋਸਤ ਰਜਿੰਦਰ ਸਿੰਘ ਦਾ ਦੋਸਤ ਸੀ ਸੁਖਵਿੰਦਰ ਸਿੰਘ, ਇਹਨਾਂ ਤਿੰਨਾਂ ਨੇ ਮਤਲਬ 29-28 ਦੀ ਰਾਤ ਨੂੰ ਇਹਨਾਂ ਗਲ ਘੁੱਟ ਕੇ ਉਹਦਾ ਕਤਲ ਕਰ ਦਿੱਤਾ ਸਾਹਿਬ ਨਾਲ। ਕੀ ਦੋਸ਼ੀ ਗ੍ਰਿਫਤਾਰ ਕਰ ਲਏ? ਹਾਂਜੀ, 3 ਦੋਸ਼ੀ ਜਿਹੜੇ 3 ਹੀ ਮਿਲਦੇ ਸੀ, 3 ਦੋਸ਼ੀ ਗ੍ਰਿਫਤਾਰ ਕਰ ਲਏ। ਅਤੇ ਉਕਤ ਵਿਅਕਤੀ ਦੀ ਜਿਹੜੀ ਹੱਤਿਆ ਹੋਈ ਉਹਦੀ ਲਾਸ਼ ਵਗੈਰਾ ਬਰਾਮਦ ਹੋਈ? ਹਾਂ, ਉਹਦੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਿਆ ਕਿ ਉਹਦੇ ਮਾਰਨ ਤੋਂ ਬਾਅਦ ਉਹਦੀ ਲਾਸ਼ ਨਹਿਰਾਂ ਦੇ ਵਿੱਚ ਸੁੱਟ ਦਿੱਤੀ ਸੀ, ਜਿਹੜੀ 3-4 ਦੇ ਨਹਿਰਾਂ ਵਿੱਚ ਸੁੱਟ ਦਿੱਤੀ ਸੀ। ਉਹ ਅਸੀਂ ਚੁੱਪ ਟੋਬਿਆਂ ਦਾ ਇੰਤਜ਼ਾਮ ਕਰਕੇ ਅਸੀਂ ਉੱਥੇ ਕੋਸ਼ਿਸ਼ ਕਰਾਂਗੇ ਲੱਗ ਹਾਲੇ ਲਾਸ਼ ਬਰਾਮਦ ਨਹੀਂ ਹਾਲੇ ਬਰਾਮਦ ਨਹੀਂ ਹੋਈ। ਇੰਨਾ ਸਮਾਂ ਇਸ ਮਾਮਲੇ ਦੇ ਵਿੱਚ ਲੱਗ ਗਿਆ, ਕੀ ਕੋਈ ਪੋਲੀਟੀਕਲ ਪ੍ਰੈਸ਼ਰ ਵਗੈਰਾ ਨਹੀਂ ਸੀ? ਨਹੀਂ, ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਸੀ ਇਹਦੇ ਵਿੱਚ। ਥੋੜ੍ਹਾ ਜਿਹਾ ਮਰਡਰ ਦਾ ਮੈਟਰ ਸੀ, ਇਸ ਕਰਕੇ ਸੰਜੀਦਾ ਮੈਟਰ ਸੀ, ਉਹਨੂੰ ਧਿਆਨ ਨਾਲ ਲਿਆ, ਇਸ ਕਰਕੇ। ਫਿਰੋਜ਼ਪੁਰ ਸੇ C1 ਨਿਊਜ਼ ਕੇ ਲੀਏ ਸੁਖਚੈਨ ਸਿੰਘ ਕੀ ਰਿਪੋਰਟ।